ਪ੍ਰੇਜ਼ ਦਾ ਲਾਰਡ ਬ੍ਰਦਰ ਐਂਡ ਸਿਸਟਰ, ਅੱਜ ਗੱਲ ਕਰਾਂਗੇ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਇੱਕ ਨਿਨਵਾ ਸ਼ਹਿਰ, ਉੱਥੇ ਦੇ ਲੋਕ ਬਹੁਤ ਪਾਪ ਕਰਦੇ, ਬਹੁਤ ਬੁਰਾਈ ਕਰਦੇ, ਪਰਮੇਸ਼ਵਰ ਦਾ ਕ੍ਰੋਧ ਭੜਕ ਗਿਆ ਨਿਨਵਾ ਸ਼ਹਿਰ ਦੇ, ਔਰ ਪਰਮੇਸ਼ਵਰ ਨੇ ਯੂਨਾ ਨਬੀ ਦੇ ਨਾਲ ਗੱਲ ਕੀਤੀ ਕਿ ਯੂਨਾ ਤੂੰ ਨਿਨਵਾ ਸ਼ਹਿਰ ਜਾ, ਔਰ ਉੱਥੇ ਦੇ ਲੋਕ ਜਿਹੜੇ ਪਾਪ ਕਰਦੇ ਹਨ, ਬੁਰਾਈ ਕਰਦੇ ਹਨ, ਉਹਨਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ, ਨਹੀਂ ਤਾਂ ਮੈਂ 40 ਦਿਨਾਂ ਦੇ ਵਿੱਚ ਨਿਨਵਾ ਜਿਹੜਾ ਹੈ ਉਹ ਢਾ ਦਿਆਂਗਾ। ਔਰ ਬਾਈਬਲ ਦੇ ਵਿੱਚ ਲਿਖਿਆ ਅਮੰਤਈ ਦਾ ਪੁੱਤਰ ਯੂਨਾ ਨਬੀ ਪਰਮੇਸ਼ਵਰ ਦੀ ਆਵਾਜ਼ ਸੁਣ ਕੇ ਉੱਥੋਂ ਚੱਲ ਵਸਿਆ, ਔਰ ਲਿਖਿਆ ਸਮੁੰਦਰ ਦੇ ਵਿੱਚ ਬੇੜਾ ਤਰਸ਼ੀਸ਼ ਦੀ ਵਰਜਾ ਜਾਣ ਲੱਗਿਆ, ਔਰ ਯੂਨਾ ਨਬੀ ਨਿਨਵਾ ਦੀ ਬਜਾਏ ਤਰਸ਼ੀਸ਼ ਵੱਲ ਜਾਣ ਲੱਗਿਆ। ਪਰਮੇਸ਼ਵਰ ਦਾ ਕ੍ਰੋਧ ਭੜਕ ਗਿਆ, ਔਰ ਪਰਮੇਸ਼ਵਰ ਨੇ ਇੱਕ ਬਹੁਤ ਵੱਡਾ ਲਿਖਿਆ ਤੂਫਾਨ ਲੈ ਕੇ ਆਏ, ਔਰ ਯੂਨਾ ਬੇੜੇ ਦੇ ਹੇਠ ਵੜ ਕੇ ਸੌ ਗਿਆ, ਔਰ ਲੋਕਾਂ ਨੇ ਜਾ ਕੇ ਯੂਨਾ ਨੂੰ ਉਠਾਇਆ ਕਿ ਉਹ ਸੌਣ ਵਾਲੇ ਸਭ ਆਪਣੇ ਦੇਵ ਤੇ ਆਉਣ ਲੱਗੇ, ਔਰ ਤੂੰ ਵੀ ਕਿਸੇ ਆਪਣੇ ਦੇਵ ਨੂੰ ਧਿਆ ਤਾਂ ਜੋ ਅਸੀਂ ਨਾਸ਼ ਨਾ ਹੋਈਏ। ਔਰ ਯੂਨਾ ਕਹਿਣ ਲੱਗਿਆ ਮੈਂ ਜਾਣਦਾ ਹਾਂ ਇਹ ਜਿਹੜੀ ਸਾਰੀ ਵਿਪਤਾ ਮੇਰੇ ਕਾਰਨ ਆਈ ਹੈ, ਔਰ ਮੈਨੂੰ ਇਉਂ ਕਰੋ ਚੁੱਕ ਕੇ ਸਮੁੰਦਰ ਦੇ ਵਿੱਚ ਸੁੱਟ ਦਿਓ। ਔਰ ਲਿਖਿਆ ਤਿੰਨ ਰਾਤਾਂ ਤਿੰਨ ਦਿਨ ਔਰ ਤਿੰਨ ਰਾਤਾਂ ਯੂਨਾ ਨਬੀ ਮੱਛੀ ਦੇ ਪੇੜ ਵਿੱਚ ਰਿਹਾ, ਪਰਮੇਸ਼ਵਰ ਨੇ ਇੱਕ ਮੱਛੀ ਦੇ ਪੇੜ ਵਿੱਚ ਯੂਨਾ ਨਬੀ ਨੂੰ ਪਾਇਆ, ਔਰ ਮੱਛੀ ਤਿੰਨ ਦਿਨਾਂ ਦੇ ਵਿੱਚ ਨਿਨਵਾ ਸ਼ਹਿਰ ਲੈ ਗਈ, ਔਰ ਯੂਨਾ ਨਬੀ ਜੇ ਪਰਮੇਸ਼ਵਰ ਦੀ ਗੱਲ ਨੂੰ ਪਹਿਲੇ ਮੰਨ ਲੈਂਦਾ ਸ਼ਾਇਦ ਇੰਨੇ ਕਸ਼ਟ ਦੇ ਵਿੱਚ ਨਾ ਪੈਂਦਾ, ਪਰ ਸਾਨੂੰ ਸਿੱਖਣ ਨੂੰ ਇੱਥੋਂ ਇਹ ਮਿਲਦਾ ਹੈ ਕਿ ਪਰਮੇਸ਼ਵਰ ਮਹਾਨ ਹੈ, ਉਸਨੇ ਜੋ ਆਪਣਾ ਕੰਮ ਲੈਣਾ ਹੈ, ਉਸਨੇ ਜੋ ਕਿਸੇ ਦੇ ਦੁਆਰਾ ਆਪਣਾ ਕੰਮ ਲੈਣਾ ਹੈ ਜਾਂ ਆਪਣਾ ਕੰਮ ਕਰਾਉਣਾ ਹੈ ਉਹ ਪਰਮੇਸ਼ਵਰ ਜਾਣਦੇ ਹਨ, ਕੋਈ ਵੀ ਉਹਦੇ ਤੋਂ ਭੱਜ ਨਹੀਂ ਸਕਦਾ। ਔਰ ਫਿਰ ਯੂਨਾ ਨਬੀ ਨੇ ਨਿਨਵਾ ਸ਼ਹਿਰ ਵਿੱਚ ਪ੍ਰਚਾਰ ਕੀਤਾ, ਔਰ ਲਿਖਿਆ ਉਹ ਦਾ ਜਿਹੜਾ ਰਾਜਾ ਉਹ ਰਾਜਗੱਦੀ ਤੋਂ ਉੱਠ ਖੜਾ ਹੋਇਆ, ਤੱਪੜ ਪੈਣ ਕੇ ਸਵਾਹ ਵਿੱਚ ਬਹਿਣ ਲੱਗਾ, ਔਰ ਰੱਬ ਦੇ ਤਰਲੇ ਪਾ ਕੇ ਕਹਿਣ ਲੱਗਿਆ, ਔਰ ਰੱਬ ਨੇ ਫਿਰ ਉਹਨਾਂ ਨੂੰ ਮਾਫ਼ ਕੀਤਾ, ਕਿਉਂਕਿ ਅੱਜ ਦੱਸਣ ਦਾ ਮਤਲਬ ਬਹੁਤ ਸਾਰੇ ਲੋਕ, ਬਹੁਤ ਸਾਰੇ ਪ੍ਰਚਾਰਕ, ਬਹੁਤ ਸਾਰੇ ਲੋਕ ਮੰਨਦੇ ਤਾਂ ਹੈ, ਪਰ ਫਿਰ ਜਦ ਗੱਲ ਆਉਂਦੀ ਹੈ ਹੁਕਮ ਮੰਨਣ ਦੀ, ਹੁਕਮ ਨਹੀਂ ਮੰਨਦੇ, ਫਿਰ ਜਿਸ ਤਰ੍ਹਾਂ ਯੂਨਾ ਨਬੀ ਨੇ ਹੁਕਮ ਨਹੀਂ ਮੰਨਿਆ, ਔਰ ਉਹਦੇ ਨਾਲ ਬਹੁਤ ਬੁਰਾ ਅਸਰ ਹੋਇਆ, ਇਸ ਲਈ ਯੂਨਾ ਨਬੀ ਦੀ ਤਰ੍ਹਾਂ ਤੁਹਾਡੇ ਨਾਲ ਨਾ ਹੋਵੇ, ਔਰ ਮੈਨੂੰ ਔਰ ਤੁਹਾਨੂੰ ਸਭ ਨੂੰ ਪਰਮੇਸ਼ਵਰ ਦੇ ਹੁਕਮ ਨੂੰ ਮੰਨਣਾ ਚਾਹੀਦਾ ਹੈ। ਔਰ ਅੱਜ ਦਾ ਸੰਦੇਸ਼, ਅੱਜ ਦਾ ਪਰਮੇਸ਼ਵਰ ਦਾ ਵਚਨ ਇੰਨਾ ਹੀ, ਔਰ ਅਗਲੇ ਸੈਸ਼ਨ ਦੇ ਵਿੱਚ ਮਿਲਾਂਗੇ ਗੱਲਬਾਤ ਕਿਸੇ ਹੋਰ ਵਿਸ਼ੇ ਸਭ ਨੂੰ।